ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯਾਰੀਆਂ 2 ਦੇ ਇੱਕ ਗੀਤ ਵਿੱਚ ਇੱਕ ਕਲਾਕਾਰ ਨੇ ਜੋ ਕਲੀਨ ਸ਼ੇਵ ਆ ਉਹਨੇ ਗਾਤਰੇਵਾਰੀ ਕਿਰਪਾਨ ਪਾ ਕੇ ਇੱਕ ਐਕਟਿੰਗ ਕੀਤੀ ਆ ਉਸ ਗਾਣੇ ਵਿੱਚ ਉਹਦੀ ਸ਼ਿਕਾਇਤ ਅਸੀਂ 29 ਅੱਠ ਨੂੰ ਕੀਤੀ ਸੀ ਜਿਹਦੀ ਐਫ ਆਈ ਆਰ 0108 ਮਿਤੀ 31 ਅੱਠ ਨੂੰ ਦਰਜ ਹੋ ਚੁੱਕੀ ਹੈ ਹਰ ਵਾਰੀ ਸਿੱਖ ਧਰਮ ਤੇ ਹੀ ਅਟੈਕ ਹੁੰਦਾ ਸਿੱਖਾਂ ਦੀਆਂ ਜੜੀਆਂ ਉਹ ਮर्यादा ਨੇ ਕਿਉਂਕਿ ਕਿਰਪਾਨ ਸਾਡੀ ਮर्यादा ਦਾ ਰਹਿਤ ਮर्यादा ਦਾ ਸਾਡੀ ਜਿਹੜੇ ਕਕਾਰ ਉਹਦਾ ਹਿੱਸਾ ਆ ਹਰ ਇੱਕ ਵਿਅਕਤੀ ਜਿਹੜਾ ਉਤੋਂ ਦੀ ਕਿਰਪਾਨ ਨਹੀਂ ਪਾ ਸਕਦਾ ਅਮਰਤਾਰ ਸਿੰਘ ਹੀ ਕਿਰਪਾਨ ਉਤੋਂ ਦੀ ਪਾ ਸਕਦਾ ਇਹ ਜਿਹੜਾ ਵਿਅਕਤੀ ਆ ਇਹਨੇ ਜਿਹਨੇ ਐਕਟਿੰਗ ਕੀਤੀ ਕਲਾਕਾਰ ਨੇ ਉਹਨੇ ਉਹ ਕਲੀਨ ਸ਼ੇਵ ਆ ਦਾੜੀ ਕੱਟੀ ਐ ਵਾਲ ਕੱਟੀ ਐ ਵਾਲ ਵੀ ਕੱਟੇ ਹੋਏ ਆ ਤੇ ਕਿਰਪਾਨ ਉੱਤੋਂ ਦੀ ਪਾਈ ਹੋਈ ਐ ਪਹਿਲਾਂ ਇਹ ਕਹਿੰਦੇ ਖੁਖਰੀ ਖੁਖਰੀ ਜਿਹੜੀ ਆ ਉਹ ਡੋਗਰੇ ਪਿਆਣਦੇ ਆ ਉਹਦੀ ਸ਼ੇਪ ਹੀ ਹੋਰ ਹੁੰਦੀ ਐ ਇਸ ਕਰਕੇ ਅਸੀਂ ਇਹਨਾਂ ਦੇ ਖਿਲਾਫ ਕੰਪਲੇਂਟ ਪਾਈ ਸੀ ਇਹਨਾਂ ਦੇ ਜੋ ਸਾਡੀ ਕੰਪਲੇਂਸ ਸੀ ਉਹਦੇ ਉੱਤੇ ਤੇ ਇਹਨਾਂ ਤੇ 295 A ਦਾ ਪਤਾ ਦਰਜ ਹੋ ਚੁੱਕਾ ਜੇ ਇਹ ਫਿਲਮ 'ਚੋਂ ਵੀ ਇਹਨਾਂ ਨੇ ਸੀਨ ਨਾ ਕਟਿਆ ਫਿਰ ਅਸੀਂ ਕੋਰਟ 'ਚ ਵੀ ਜਾਵਾਂਗੇ ਤੇ ਇਹ ਫਿਲਮ ਨੂੰ ਬੈਨ ਕਰਾਵਾਂਗੇ